ਸ਼ਕਲ ਐਵਰੀਵਨ, ਵੈਲਕਮ ਬੈਕ ਟੂ ਮਾਈ ਨਿਊ ਵਲੌਗ। ਆਈ ਹੋਪ ਸਾਰੇ ਬਹੁਤ ਸਹੀ ਹੋਣਗੇ। ਅਤੇ ਗਾਇਜ਼, ਅੱਜ ਦੇ ਵਲੌਗ ਵਿੱਚ ਮੈਂ ਤੁਹਾਨੂੰ ਬਾਹਲੀ ਉਹ ਘੈਂਟ ਜਗ੍ਹਾ ਦਿਖਾਉਣੀ ਆ। ਅੱਜ ਮੈਂ ਪਹੁੰਚਿਆ ਗ੍ਰੈਫਿਟੀ ਐਲਾਏ, ਇੱਕ ਜਗ੍ਹਾ ਦਾ ਨਾਮ ਹੈ, ਹੈ ਨਾ, ਜਿੱਥੇ ਬਹੁਤ ਤਰ੍ਹਾਂ ਦੀ ਆਰਟਿਸਟਿਕ ਚੀਜ਼ਾਂ ਬਣਾਈਆਂ ਹੋਈਆਂ ਨੇ, ਹੈ ਨਾ। ਅਤੇ ਆਪਣੇ ਪੰਜਾਬੀ ਗਾਣੇ 'ਚ ਵੀ ਆਪਾਂ ਕਾਫੀ ਟਾਈਮ ਦੇਖਿਆ ਹੈ ਨਾ, ਜਿਹੜੇ ਬੰਦੇ ਟੋਰੋਂਟੋ 'ਚ ਸ਼ੂਟ ਕਰਦੇ ਨੇ, ਸਪੈਸ਼ਲੀ ਬਾਈ ਸਿੱਧੂ ਮੂਸੇ ਵਾਲੇ ਦਾ ਜਿਹੜੇ ਗਾਣੇ ਆਏ ਨੇ ਟੋਰੋਂਟੋ 'ਚ ਸ਼ੂਟ ਹੋਏ ਹੋਏ ਨੇ, ਉਹ ਇਸ ਸਟਰੀਟ 'ਤੇ ਹੋਏ ਹੋਏ ਨੇ। ਇਸ ਸਟਰੀਟ ਨੂੰ ਗ੍ਰੈਫਿਟੀ ਐਲਾਏ ਕਿਹਾ ਜਾਂਦਾ ਹੈ। ਅਤੇ ਮੈਨੂੰ ਉਮੀਦ ਆ ਅੱਜ ਦਾ ਵਲੌਗ ਘੈਂਟ ਲੱਗੂਗਾ, ਤੁਹਾਨੂੰ ਕੁਛ ਇੰਟਰਸਟਿੰਗ ਚੀਜ਼ ਦਿਖਾਉਣ ਲੱਗਿਆ ਮੈਂ ਤੁਹਾਨੂੰ। ਅਤੇ ਅੱਜ ਫਿਰ ਆਪਾਂ ਆਪਣਾ ਨਵਾਂ ਵਲੌਗ ਸਟਾਰਟ ਕਰਦੇ ਹਾਂ। ਸੋ ਗਾਇਜ਼, ਆਪਾਂ ਪਹੁੰਚ ਚੁੱਕੇ ਹਾਂ, ਇਹਨੂੰ ਕਹਿੰਦੇ ਆ ਗ੍ਰੈਫਿਟੀ ਐਲਾਏ। ਅਤੇ ਸਾਰੀ ਸਟਰੀਟ 'ਤੇ ਅੱਗੇ ਆਰਟਿਸਟਿਕ ਚੀਜ਼ਾਂ ਬਣੀਆਂ ਹੋਈਆਂ ਨੇ। ਇੱਥੇ ਦੇਖੋ ਤੁਸੀਂ, ਹੈ ਘੈਂਟ ਚੀਜ਼ ਆ ਬਈ, ਮਤਲਬ ਜਿਹਨੇ ਫੋਟੋ ਫੋਟੋ ਖਿਚਾਉਣੀ ਆ, ਫੋਟੋ ਖਿਚਾਉਣ ਦਾ ਕੋਈ ਸ਼ੌਕੀਨ ਹੈਗਾ ਹੈ, ਉਹ ਕਰ ਸਕਦਾ ਇੱਥੇ ਆ ਕੇ ਆਪਣੀ ਫੋਟੋਗ੍ਰਾਫੀ ਨੂੰ ਇੰਜੋਏ। ਦੇਖੋ ਅਲੱਗ ਹੀ ਲੈਵਲ ਦੀ ਚੀਜ਼ਾਂ ਬਣੀਆਂ ਹੋਈਆਂ ਨੇ, ਕਿਆ ਬਾਤ ਹੈ, ਵਾਹ ਜੀ ਵਾਹ। ਮੈਂ ਕਾਫੀ ਟਾਈਮ ਤਾਂ ਸੋਚ ਰਿਹਾ ਸੀਗਾ ਯਾਰ ਵੀ ਵਲੌਗ ਬਣਾਊਂਗਾ ਇਹਦੇ ਰਿਲੇਟਡ, ਅਤੇ ਅੱਜ ਕੁਦਰਤੀ ਸਬੱਬ ਬਣ ਗਿਆ ਕਿਉਂਕਿ ਮੈਂ ਡਾਊਨ ਟਾਊਨ ਹੀ ਘੁੰਮ ਰਿਹਾ ਸੀ। ਇਹ ਡਾਊਨ ਟਾਊਨ 'ਚ ਹੀ ਪੈਂਦਾ, ਇਹ ਕੁਈਨ ਸਟਰੀਟ ਆ, ਕੁਈਨ ਸਟਰੀਟ ਦੇ ਬਿਲਕੁਲ ਤੁਸੀਂ ਜਦੋਂ ਸਪੈਡਾਈਨਾ ਟੱਪਦੇ ਹੋ, ਸਪੈਡਾਈਨਾ ਟੱਪ ਕੇ ਮੇਨ ਜਿਹੜਾ ਇੰਟਰਸੈਕਸ਼ਨ ਆਉਂਦਾ ਕੁਈਨ ਸਪੈਡਾਈਨਾ ਦਾ, ਉਹਨੂੰ ਟੱਪ ਕੇ ਫਿਰ ਅੱਗੇ ਮਿਲਦਾ, ਕਿਆ ਬਾਤ ਹੈ, ਸੋ ਅਮੇਜ਼ਿੰਗ ਮੈਨ, ਨੈਕਸਟ ਲੈਵਲ। ਬੜਾ ਹੀ ਸੋਹਣਾ ਬਣਾਇਆ ਹੋਇਆ ਯਾਰ, ਉੱਤੇ ਤੱਕ ਹੈ। ਗ੍ਰੈਫਿਟੀ ਐਲਾਏ ਕਿਹਾ ਜਾਂਦਾ, ਤੁਸੀਂ ਗੂਗਲ 'ਤੇ ਸਰਚ ਕਰੋਗੇ ਤੁਹਾਨੂੰ ਆਰਾਮ ਨਾਲ ਈਜ਼ੀਲੀ ਮਿਲ ਜਾਣਾ ਇੱਥੇ। ਵਾਹ ਜੀ ਵਾਹ, ਅਤੇ ਇੱਥੇ ਕੋਈ ਰੋਕ ਟੋਕ ਨਹੀਂ ਹੈਗੀ, ਤੁਸੀਂ ਕੈਮਰਾ ਲਿਆ ਕੇ ਜਦ ਮਰਜ਼ੀ ਆਪਣਾ ਇੰਜੋਏ ਕਰ ਸਕਦੇ ਹੋ। ਜਿਹੜੇ ਸ਼ੌਕੀਨ ਨੇ ਫੋਟੋ ਫੋਟੋ ਖਿੱਚਣ ਦੇ, ਉਹਨਾਂ ਲਈ ਤਾਂ ਬਹੁਤ ਗੁੱਡ ਹੈ ਇਹ। ਨਾਈਸ, ਜਿੱਧਰ ਮਰਜ਼ੀ ਨੂੰ ਚਲੇ ਜਾਓ ਤੁਹਾਨੂੰ ਇਹੀ ਦਿਖਣੀ ਆ ਸਾਰੀ ਆਰਟਿਸਟਿਕ ਚੀਜ਼ਾਂ ਇੱਥੇ। ਸੋਹਣਾ ਲੱਗ ਰਿਹਾ ਯਾਰ, ਦੇਖਣ 'ਚ ਦੂਰ ਤਾਂ ਐਂ ਲੱਗੂਗਾ, ਪਤਾ ਨਹੀਂ ਕਿਹੜੀ ਕਿੱਥੇ ਗੰਦੀ ਸਟਰੀਟ ਵੜ ਗਈ, ਬਾਅਦ ਜਦੋਂ ਅੰਦਰਲੀ ਅੰਦਰਲੀ ਸਾਈਡ ਆਉਂਦੇ ਹੋ ਇੱਥੇ, ਦੈਨ ਯੂ ਰੀਅਲਾਈਜ਼ ਕਿ ਨਹੀਂ ਯਾਰ ਕੁਛ ਤਾਂ ਵਧੀਆ ਇੱਥੇ, ਸਹੀ ਹੈ ਯਾਰ, ਮਸਟ ਵਿਜ਼ਿਟ ਸਪੋਟ ਹੈ, ਜੇ ਤੁਹਾਡੇ ਕੋਲ ਟਾਈਮ ਹੈਗਾ ਦੈਨ ਯੂ ਸ਼ੁੱਡ ਕਮ, ਲੁੱਕ ਸੋ ਗੁੱਡ। ਇੱਧਰ ਇੱਕ ਹੋਰ ਕਪਲ ਵੀ ਆਇਆ ਹੋਇਆ, ਉਹ ਵੀ ਇੰਜੋਏ ਕਰ ਰਹੇ ਹਾਂ, ਦੇਖੋ ਤੁਸੀਂ। ਹੈਲੋ, ਆਪਣੇ ਬੱਚੇ ਨੂੰ ਲੈ ਕੇ ਆਏ, ਉਹਨੂੰ ਦਿਖਾਉਣ ਲੱਗੇ ਹੋਏ ਨੇ, ਚੈੱਕ ਕਰੋ ਉੱਤੇ ਤੱਕ ਬਣਾਇਆ ਹੋਇਆ। ਵਾਹ ਜੀ ਵਾਹ, ਮਿਹਨਤ ਕਾਫੀ ਕੀਤੀ ਹੋਈ ਆ।
ਕੁਦਰਤੀ ਅੱਜ ਮੌਸਮ ਵੀ ਵਧੀਆ ਹੋਇਆ ਹੋਇਆ ਹੈ, ਅੱਜ ਜ਼ਿਆਦਾ ਠੰਡ ਵੀ ਨਹੀਂ ਨਾ ਗਰਮੀ ਆ। ਵੈਸੇ ਵੀ ਹੁਣ ਫੋਲ ਚੱਲਦਾ ਪਿਆ, ਤੁਹਾਨੂੰ ਪਤਾ ਹੀ ਹੈ ਹੈ ਨਾ, ਫੋਲ 'ਚ ਵੈਸੇ ਰੰਗ ਰੁੰਗ ਬਦਲ ਜਾਂਦੇ ਆ ਟਰੀਜ਼ ਦੇ। ਉਹ ਵੀ ਮੈਂ ਕਿਸ ਦਿਨ ਡੈਡੀਕੇਟਡ ਵਲੌਗ ਬਣਾਊਂਗਾ ਉਹਦੇ ਰਿਲੇਟਡ। ਅੱਜ ਕੱਲ੍ਹ ਯਾਰ ਥੋੜ੍ਹਾ ਟਾਈਮ ਦੀ ਕਮੀ ਕਰਕੇ ਘੱਟ ਵੱਧ ਹੀ ਬਣਾ ਪਾ ਰਿਹਾ, ਬਟ ਸਹੀ ਲੱਗ ਰਿਹਾ ਬਹੁਤ ਜ਼ਿਆਦਾ। ਕਿਆ ਬਾਤ ਹੈ, ਈਵਨ ਕਿ ਜਿਹੜੇ ਘਰ ਵਿੱਚ ਬੀਨਸ ਪਏ ਉਹਨਾਂ 'ਤੇ ਵੀ ਬਣਾਇਆ ਹੋਇਆ ਕੁਛ ਨਾ ਕੁਛ ਇਹ। ਓ ਐਮ ਜੀ ਨਿਪਸੀ ਹਸਲ, ਕਿਆ ਬਾਤ ਹੈ ਬਾਈ, ਨੂੰ ਸ਼ੂਟ ਆਊਟ ਕਰ ਦਿੱਤਾ ਗਿਆ ਸੀਗਾ ਆਈ ਗੈਸ 2019 'ਚ, ਪਤਾ ਨਹੀਂ 20 'ਚ, ਅਤੇ ਸਿੱਧੂ ਮੂਸੇ ਵਾਲਾ ਇਹਦੇ ਕਰਮਿਸ਼ਨ 'ਤੇ ਪਹੁੰਚਿਆ ਸੀਗਾ ਜਿੱਥੇ ਸ਼ੂਟ ਆਊਟ ਕੀਤਾ ਗਿਆ ਸੀਗਾ। ਉੱਥੇ ਇਹਦਾ ਨਾਮ ਹੈ ਨਿਪਸੀ ਹਸਲ, ਅਮੈਰੀਕਨ ਰੈਪਰ ਹੈ ਇਹ, ਅਤੇ ਉਹਦਾ ਬਣਾਇਆ ਹੋਇਆ ਇਹ, ਇੱਥੇ ਲਿਖਿਆ ਵੀ ਹੋਇਆ ਹੈ, ਪੌਜ਼ ਕਰਕੇ ਪੜ੍ਹ ਸਕਦੇ ਹੋ ਤੁਸੀਂ। ਮੈਂ ਕਹਿੰਦਾ ਹੁਣ ਆਪਾਂ ਅੱਗੇ ਨੂੰ ਚੱਲ ਪਾਉਂਦੇ ਹਾਂ, ਅੱਗੇ ਜ਼ਿਆਦਾ ਕਲੀਨ ਕੰਮ ਹੈ। ਓ ਵਾਹ ਜੀ ਵਾਹ, ਇਹ ਤਾਂ ਮੈਂ ਦੇਖਿਆ ਹੀ ਨਹੀਂ ਸੀ, ਹੁਣ ਦੇਖਿਆ। ਕਿਆ ਬਾਤ ਹੈ, ਤੁਸੀਂ ਜਿੱਧਰ ਵੀ ਚਲੇ ਜਾਓ ਇੱਧਰਲੀ ਸਾਈਡ ਤੁਹਾਨੂੰ ਗ੍ਰੈਫਿਟੀ ਦਿਖਣੇ ਆ, ਬੜੇ ਸੋਹਣੇ ਸੋਹਣੇ ਬਣਾਏ ਹੋਏ ਨੇ ਯਾਰ, ਨਾਈਸ ਯਾਰ। ਮੈਨੂੰ ਨਹੀਂ ਸੀ ਪਤਾ ਵੀ ਮੈਂ ਇੱਥੇ ਨੂੰ ਕਮ ਸੇ ਕਮ 1000 ਵਾਰ ਗਿਆ ਹੋਣਾ ਇਸ ਰੋਡ ਨੂੰ, ਕੁਈਨ ਵੈਸਟ ਪੈਂਦੀ ਹੈ ਇਹ, ਅਤੇ ਮੈਨੂੰ ਪਤਾ ਨਹੀਂ ਸੀਗਾ, ਅਤੇ ਕੁਦਰਤੀ ਅੱਜ ਮੈਪ 'ਚ ਸ਼ੋਅ ਕਰਦਾ ਪਿਆ ਸੀ, ਦੈਨ ਆਈ ਰੀਅਲਾਈਜ਼ ਕਿ ਯਾਰ ਵੀ ਹੈਗਾ ਹੀ ਆ ਗੱਲਬਾਤ, ਇੱਥੇ ਕੁਛ ਜਾ ਕੇ ਆਉਂਦੇ ਹਾਂ ਹੈ ਨਾ। ਇੱਕ ਦਿਨ ਮੈਨੂੰ ਕਿਸੇ ਨੇ ਰੀਲ ਭੇਜੀ ਸੀਗੀ ਅਤੇ ਉਹਦੇ 'ਤੇ ਦਿਖਦਾ ਪਿਆ ਸੀ ਵੀ ਹੈ ਸੀ ਕੋਈ ਗੱਲਬਾਤ, ਮੈਂ ਐਵੇਂ ਇਗਨੋਰ ਜਿਹਾ ਕਰ ਦਿੱਤਾ, ਪਰ ਅੱਜ ਕੁਦਰਤੀ ਸਬੱਬ ਬਣ ਗਿਆ ਬਈ, ਗੁੱਡ ਹੈ ਯਾਰ। ਨਾਈਸ ਯਾਰ, ਜਿਹੜੀ ਸਟਾਰਟਿੰਗ ਵਾਲੇ ਗ੍ਰੈਫਿਟੀ ਆ ਉਹ ਤਾਂ ਬਾਹਲੇ ਹੀ ਸਿਰੇ ਬਣਾਏ ਹੋਏ ਨੇ। ਨਾਈਸ, ਸਭ ਤੋਂ ਜ਼ਿਆਦਾ ਘੈਂਟ ਦਾ ਉਹ ਵਾਲਾ ਲੱਗਿਆ ਜਿਹੜਾ ਤੁਸੀਂ ਉੱਪਰ ਉੱਤੇ ਵੀ ਦੇਖੋਗੇ ਨਾ ਤੁਸੀਂ ਜਦੋਂ ਤੁਸੀਂ ਉੱਤੇ ਜਾਂਦੇ ਹੋ। Another famous one is a Canadian queer artist known as Leslie. You might see this in other parts of Toronto. It's these Asian figures, these faces. Sometimes they also have these... ਪਿੱਛੇ ਮੇਰੇ ਬਾਈ ਗਾਈਡ ਹੈ ਜਿਹੜਾ ਦੱਸਦਾ ਪਿਆ ਇਹਨਾਂ ਨੂੰ। So it's very interesting to see what type of styles. One way to, I guess, ਮੈਂ ਕਹਿੰਦਾ 90% ਪੰਜਾਬੀਆਂ ਨੂੰ ਨਹੀਂ ਪਤਾ ਹੋਣਾ ਵੀ ਇੱਥੇ ਜਗ੍ਹਾ ਬਾਰੇ। ਇਟਸ ਲਾਈਕ ਅ ਹਿਡਨ ਜੈਮ ਇਨ ਟੋਰਾਂਟੋ। ਸਟਰੀਟ ਯਾਰ ਕਾਫੀ ਵੱਡੀ ਆ, ਆਪਾਂ ਉੱਥੇ ਤੋਂ ਆਏ ਹਾਂ, ਇਹ ਬਿਲਕੁਲ ਸਿੱਧਾ ਸਿੱਧਾ ਆਉਂਗੇ ਤੁਹਾਨੂੰ ਸਾਰੀ ਕਿਤੇ ਸਟਰੀਟਸ 'ਤੇ ਤੁਹਾਨੂੰ ਆਰਟ ਆਰਟ ਹੀ ਆਰਟ ਦਿਖਣਾ।
ਅਲੱਗ ਅਲੱਗ ਗ੍ਰੈਫਿਟੀ ਬਣਾਏ ਹੋਏ ਨੇ। ਬਾਲੇ ਸਿਰੇ ਆ ਕੀਤਾ ਹੋਇਆ ਕੰਮ, ਬਹੁਤ ਸੋਹਣਾ। ਨਾਈਸ ਯਾਰ, ਇਹ ਥੋੜ੍ਹੇ ਇੱਧਰ ਜੈਪਨੀਜ਼ ਕਾਇੰਡ ਆਫ ਆ ਗਏ, ਹੈ ਨਾ, ਜਿਹੜਾ ਜੈਪਨੀਜ਼ ਆਰਟ ਹੋ ਗਿਆ ਉਹ ਆ ਗਿਆ ਇੱਥੇ। ਬਹੁਤ ਹੀ ਸੋਹਣਾ ਕੀਤਾ ਹੋਇਆ। ਕੁਦਰਤੀ ਜਦ ਮੌਸਮ ਵਧੀਆ ਹੁੰਦਾ ਫਿਰ ਜ਼ਿਆਦਾ ਸੋਹਣਾ ਲੱਗਦੀ ਇਹ ਚੀਜ਼ਾਂ। ਵੈਸੇ ਪਾਰਕਿੰਗ ਸਪੋਟ ਹੈ, ਦੇਖ ਲਓ ਤੁਸੀਂ, ਪਾਰਕਿੰਗ ਸਪੋਟ ਵੀ ਚਮਕਾਇਆ ਪਿਆ ਹੈ। ਸਿਰੇ ਬਹੁਤ ਹੀ ਸੋਹਣੀ ਲੱਗ ਰਹੀ ਹੈ ਯਾਰ। ਮਸਟ ਵਿਜ਼ਿਟ ਸਪੋਟ ਹੈ, ਜਿਹੜਾ ਬੰਦਾ ਫੋਟੋ ਖਿੱਚਣ ਦਾ ਦੀਵਾਨਾ ਹੈ ਉਹਦੇ ਲਈ ਤਾਂ ਕ੍ਰੇਜ਼ੀ ਕੰਮ ਹੈ ਪੂਰਾ। ਅੱਜ ਵੈਸੇ ਵੀ ਸੰਡੇ ਦਾ ਦਿਨ ਹੈ, ਰਸ਼ ਘੱਟ ਹੈ, ਨਾ ਦੇ ਬਰਾਬਰ ਹੀ ਰਸ਼ ਹੈ ਇੱਥੇ, ਸਾਰੇ ਲੋਕ ਬਾਹਰੋਂ ਹੀ ਆਏ ਹੋਏ ਨੇ। ਓ ਵਾਹ ਜੀ ਵਾਹ, ਦਿਸ ਇਜ਼ ਦ ਵਨ ਯਾਰ, ਕਿਆ ਚੀਜ਼ ਹੈ, ਨੈਕਸਟ ਲੈਵਲ ਯਾਰ। ਮੈਨੂੰ ਐਂ ਹੁੰਦਾ ਯਾਰ, ਮੈਂ ਤੁਹਾਨੂੰ ਕੋਈ ਡੈਡੀਕੇਟਿਡ ਵਲੌਗ ਦੇਵਾਂ ਕਿਸੇ ਚੀਜ਼ ਦੇ ਰਿਲੇਟਡ, ਹੈ ਨਾ, ਤਾਂ ਕਿ ਤੁਹਾਨੂੰ ਵੀ ਪਤਾ ਚੱਲੇ ਵੀ ਟੋਰੋਂਟੋ 'ਚ ਐਵੇਂ ਦੀ ਚੀਜ਼ ਕੁਛ ਹੈਗੀ ਆ। ਸੋ ਵਧੀਆ ਲੱਗਦਾ ਯਾਰ, ਤੁਸੀਂ ਵੀ ਆ ਹੀ ਕਰੋ, ਹੈ ਨਾ, ਇੱਥੇ ਥੋੜ੍ਹਾ ਜਿਹਾ ਟਾਈਮ ਕੱਢੋ ਆਪਣਾ, ਫਰੀ ਆਫ ਕੋਸਟ ਹੈ, ਕੋਈ ਪੈਸਾ ਨਹੀਂ ਲੱਗ ਰਿਹਾ ਤੁਹਾਡਾ, ਅਤੇ ਤੁਹਾਨੂੰ ਵਧੀਆ ਲੱਗੂਗਾ, ਹੈ ਨਾ, ਜਦ ਤੁਸੀਂ ਇੱਥੇ ਆਓਗੇ। ਬਹੁਤ ਨੈਕਸਟ ਲੈਵਲ ਚੀਜ਼ਾਂ ਦੇਖ ਬੜੀਆਂ ਹੋਈਆਂ ਨੇ ਮੇਰੇ ਬੈਕ ਸਾਈਡ 'ਤੇ, ਤੁਸੀਂ ਦੇਖ ਸਕਦੇ ਹੋ। ਮਸ਼ ਵਿਜ਼ਿਟ ਸਪੋਟ ਹੈ ਯਾਰ। ਈਵਨ ਕਿ ਗਾਰਬੇਜ ਬਿਨ ਵੀ ਉਹ ਕੀਤੇ ਹੋਏ ਨੇ ਇਹਨਾਂ ਨੇ। ਨਾਈਸ ਯਾਰ, ਨਾਈਸ ਯਾਰ, ਚੈੱਕ ਕਰੋ। ਕਈ ਬੰਦਿਆਂ ਨੂੰ ਮੈਂ ਜਾਣਦਾ ਨਹੀਂ ਹੈਗਾ, ਬਟ ਮੈਨੂੰ ਇੰਨਾ ਪਤਾ ਵੀ ਇਹ ਵੀ ਕੋਈ ਹੋਣੇ ਕੁਛ, ਜਾਂ ਪੋਲੀਟੀਸ਼ੀਅਨਸ ਹੋਣੇ ਜਾਂ ਕੁਛ ਹੋਰ, ਸੋ ਸਕਦਾ ਰੈਪਰ ਉੱਪਰ ਹੋ ਸਕਦੇ ਆ। ਦਿਸ ਵਨ ਲੁਕਸ ਡੋ, ਆਹ ਦੇਖੋ ਕਿੱਡੀ ਕਿਊਟ ਚੀਜ਼ ਬਣੀ ਹੋਈ ਯਾਰ। ਨਾਈਸ ਯਾਰ, ਨਾਈਸ ਯਾਰ, ਇੱਥੇ ਸਕੇਟਬੋਰਡਿੰਗ ਹੁੰਦੀ ਹੈ ਕਿਉਂਕਿ ਇੱਥੇ ਬਣਿਆ ਹੋਇਆ ਇਸ ਟਾਈਪ ਦਾ ਸਪੋਟ, ਹੈ ਨਾ। ਮੈਂ ਇੱਥੇ ਕਈ ਵਾਰ ਕਿਸੇ ਵੀਡੀਓਸ 'ਚ ਦੇਖਿਆ, ਇੱਥੇ ਲੋਕ ਸਕੇਟਬੋਰਡਿੰਗ ਕਰਦੇ ਹੁੰਦੇ ਨੇ ਮੋਸਟਲੀ ਸ਼ਾਮ ਨੂੰ, ਸੋ ਇਟਸ ਨਾਈਸ ਹੇਅਰ। ਤੁਸੀਂ ਸ਼ਾਮ ਨੂੰ ਆਉਂਗੇ, ਸ਼ਾਮ ਨੂੰ ਜ਼ਿਆਦਾ ਰਸ਼ ਹੁੰਦਾ, ਅੱਜ ਸੰਡੇ ਕਰਕੇ ਥੋੜ੍ਹਾ ਘੱਟ ਰਸ਼ ਸੀਗਾ। ਦੇਖੋ ਤੁਸੀਂ ਕਿੰਨੇ ਬਜ਼ੁਰਗ ਬੰਦੇ ਪਹੁੰਚੇ ਹੋਏ ਨੇ,
ਥੋੜ੍ਹਾ ਜਿਹਾ ਅੱਗੇ ਹੋਰ ਚੱਲਦੇ ਹਾਂ। ਕਾਫੀ ਵੱਡੀ ਸਟਰੀਟ ਹੈ ਯਾਰ ਪੂਰੀ, ਤੁਸੀਂ ਬੋਰ ਨਹੀਂ ਹੋ ਸਕਦੇ। ਬਟ ਮੈਂ ਇੰਨਾ ਕਹਿ ਰਿਹਾ ਵੀ ਤੁਸੀਂ ਇੱਕ ਵਾਰ ਆਉਂਗੇ ਨਾ ਇੱਥੇ, ਤੁਹਾਨੂੰ ਰੀਅਲਾਈਜ਼ ਹੋਊਗਾ ਵੀ ਯਾਰ ਵੀ ਕੁਛ ਤਾਂ ਹੈਗਾ ਐਵੇਂ ਦਾ। ਦੇਖ ਲਓ ਐਵੇਂ ਹੁੰਦਾ ਯਾਰ, ਜਦ ਬੰਦਾ ਵਲੌਗ ਬਣਾ ਰਿਹਾ ਹੁੰਦਾ ਨਾ ਸਾਰੇ ਖੁਸ਼ ਹੋ ਜਾਂਦੇ ਨੇ। ਇਹ ਇੱਥੇ ਕੋਈ ਉਹ ਨਹੀਂ ਕਰਦਾ ਯਾਰ ਮੇਰੀ ਫੋਟੋ ਕਿਉਂ ਆ ਗਈ ਹੈ ਐਵੇਂ ਦਾ ਕੁਛ ਹੈ, ਹੈ ਨਾ। ਤਾਂ ਬੰਦੇ ਖੁਸ਼ ਹੁੰਦੇ ਨੇ ਸਾਰੇ, ਸਪੈਸ਼ਲੀ ਆਉਣਾ ਚਾਹੁੰਦੇ ਨੇ। ਆਹ ਹਾ ਹਾ ਹਾ, ਕਿਆ ਬਾਤ ਹੈ ਯਾਰ। ਦਿਸ ਵਨ ਆਈ ਲਾਈਕ ਦਾ ਮੋਸਟ। ਇਹ ਸਪੈਸ਼ਲੀ ਜਿਹੜੇ ਇੰਡੀਜੀਨਸ ਪੀਪਲ ਹੁੰਦੇ ਨਾ, ਉਹਨਾਂ ਦੀ ਜਿਹੜੇ ਛੋਟੇ ਬੱਚੇ ਹੁੰਦੇ ਉਹਨਾਂ ਦਾ ਬਣਾਇਆ ਹੋਇਆ ਹੈ। ਇਹ ਥੋੜ੍ਹਾ ਜੈਪਨੀਜ਼ ਆਰਟ ਕਾਇੰਡ ਆਫ ਆ ਗਿਆ। ਕਿੱਡੀ ਸਿਰੇ ਚੀਜ਼ ਬਣੀ ਹੋਈ ਯਾਰ। ਮੈਨੂੰ ਇਹ ਹੁੰਦਾ ਯਾਰ ਜੇ ਮੈਂ ਟੋਰੋਂਟੋ 'ਚ ਘੁੰਮਦਾ ਕਿਤੇ, ਕਿਉਂਕਿ ਮੈਂ ਰਹਿੰਦਾ ਟੋਰੋਂਟੋ 'ਚ ਹੀ ਹਾਂ, ਜੇ ਮੈਂ ਟੋਰੋਂਟੋ 'ਚ ਘੁੰਮਦਾ ਕਿਤੇ ਤਾਂ ਤੁਹਾਨੂੰ ਮੈਂ ਕੁਛ ਦਿਖਾ ਸਕਾਂ ਐਵੇਂ ਦਾ, ਜਿਹੜੀ ਤੁਹਾਡੇ ਲਈ ਚੀਜ਼ ਵਧੀਆ ਹੋਵੇ ਅਤੇ ਥੋੜ੍ਹੀ ਜਿਹੀ ਨੌਲੇਜ ਵਾਲੀ ਹੋਵੇ, ਹੈ ਨਾ। ਤਾਂ ਕਿ ਤੁਸੀਂ ਵੀ ਜਦ ਵੀ ਆਓ ਇੱਥੇ, ਕਿਉਂਕਿ ਕਈ ਮੇਰੇ ਯਾਰ ਮਿੱਤਰ ਕਿਊਬੈਕ ਰਹਿੰਦੇ ਨੇ, ਕੋਈ ਬੀ ਸੀ ਰਹਿ ਰਿਹਾ, ਕੋਈ ਕਿਤੇ ਹੋਰ, ਹੈ ਨਾ। ਕਈ ਕਈ ਯੂ ਐੱਸ ਵਾਲੇ ਵੀ ਹੈਗੇ ਨੇ, ਤਾਂ ਕਿ ਉਹਨਾਂ ਨੂੰ ਪਤਾ ਹੋਵੇ ਯਾਰ ਵੀ ਟੋਰੋਂਟੋ 'ਚ ਹੈ ਕਿਆ ਚੀਜ਼ ਆ, ਹੈ ਨਾ। ਸਪੈਸ਼ਲੀ ਡਾਊਨ ਟਾਊਨ 'ਚ ਜਦ ਤੁਸੀਂ ਗ੍ਰਿਫਿਟੀ ਐਲਾਈ ਕਰਕੇ ਆਉਂਦੀ ਹੈ ਇਹ ਜਗ੍ਹਾ, ਇੱਥੇ ਆਓ ਅਤੇ ਆਪਣੇ ਵੀਡੀਓਜ਼ ਇੰਜੋਏ ਕਰੋ, ਫੋਟੋ ਕਰੋ, ਅਤੇ ਜੇ ਉਹ ਵੀ ਨਹੀਂ ਕਰਨਾ ਤਾਂ ਤੁਸੀਂ ਆਰਾਮ ਨਾਲ ਆ ਕੇ ਬਿਊਟੀ ਇੰਜੋਏ ਕਰ ਸਕਦੇ। ਪੁਰਾਣੇ ਟਾਈਮਾਂ ਦੇ ਫੋਨ ਬਣੇ ਹੋਏ ਨੇ ਦੇਖੋ ਤੁਸੀਂ, ਜਾਂ ਪੁਰਾਣੇ ਟਾਈਮਾਂ 'ਚ ਉਹ ਕਰਦੇ ਹੁੰਦੇ ਸੀਗੇ ਯੂਜ਼, ਹੁਣ ਤਾਂ ਇਹ ਪੱਕੇ ਪੇਸਟ ਕੀਤੇ ਹੋਏ ਨੇ। ਬਾਲੀ ਸਿਰੇ ਚੀਜ਼ ਲੱਗਦੀ ਹੈ ਯਾਰ ਮੈਨੂੰ ਹਾਲੇ ਤੱਕ ਦਾ। ਜਿਹੜਾ ਮੈਨੂੰ ਸਭ ਤੋਂ ਬੈਸਟ ਆਰਟ ਲੱਗਿਆ ਹੈ ਉਹ ਇੱਕ ਇਹ ਲੱਗਿਆ, ਤੁਸੀਂ ਚੈੱਕ ਕਰੋ। ਆਲੇ ਤਾਂ ਬਾਲੇ ਸਿਰੇ ਸੀਗੇ ਯਾਰ। ਬਹੁਤ ਨੈਕਸਟ ਲੈਵਲ ਕੀਤਾ ਹੋਇਆ ਕੰਮ ਯਾਰ, ਕਾਫੀ ਟਾਈਮ ਲਾਈ ਕੀਤਾ ਹੋਇਆ ਪਰ ਸਿਰੇ ਚੀਜ਼। ਸੋ ਗਾਇਜ਼ ਇਹ ਸੀਗਾ ਮੇਰਾ ਅੱਜ ਦਾ ਵਲੌਗ, ਆਈ ਹੋਪ ਸਾਰਿਆਂ ਨੂੰ ਬਹੁਤ ਵਧੀਆ ਲੱਗਿਆ ਹੋਣਾ। ਆਉਣ ਵਾਲੇ ਵਲੌਗਸ ਦੇ ਲਈ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ, ਐਂਡ ਡੋਂਟ ਫੋਰਗੇਟ ਟੂ ਹਿੱਟ ਅ ਲਾਈਕ ਬਟਨ, ਅਤੇ ਜੋ ਵਧੀਆ ਲੱਗਿਆ ਤਾਂ ਕਮੈਂਟ ਵੀ ਕਰ ਦਿਓ। ਅਤੇ ਮਿਲਦੇ ਹਾਂ ਫਿਰ ਆਪਾਂ ਅਗਲੇ ਕਿਸੇ ਇੰਟਰਸਟਿੰਗ ਵਲੌਗ 'ਚ। ਓਕੇ, ਪੀਸ ਆਊਟ।